ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਹ ਜਿਹੜਾ ਬੜੇ ਹੀ ਨਿੰਦਣੀ ਘਟਨਾ ਹੋਈ ਹੈ, ਕੋਈ ਲੇਡੀ ਸੀ, ਆਪਣਾ ਪੰਜਾਬੀ ਟੀਚਰ ਸੀ, ਗਰੀਬ 35 ਸਾਲ ਦੀ ਉਮਰ ਦੱਸੀ ਜਾਂਦੀ ਹੈ, ਅਤੇ ਸਕੂਟਰ ਪਾਰ ਕਰਦੀ ਸੀ ਅਤੇ ਕਿਸੇ ਨੇ ਆ ਕੇ ਉਹਨੂੰ ਬੁੱਕਲ ਤਲੀ ਦੀ ਕੱਪੜੇ ਅੰਦਰ ਆ ਕੇ ਗੋਲੀ ਮਾਰ ਕੇ ਗਿਆ। ਇਹ ਜਿਹੜਾ ਬੜੇ ਹੀ ਨਿੰਦਣੀ ਘਟਨਾ ਹੋਈ ਹੈ, ਕੋਈ ਲੇਡੀ ਸੀ, ਆਪਣਾ ਪੰਜਾਬੀ ਟੀਚਰ ਸੀ, ਗਰੀਬ 35 ਸਾਲ ਦੀ ਉਮਰ ਦੱਸੀ ਜਾਂਦੀ ਹੈ, ਅਤੇ ਸਕੂਟਰ ਪਾਰ ਕਰਦੀ ਸੀ ਅਤੇ ਕਿਸੇ ਨੇ ਆ ਕੇ ਉਹਨੂੰ ਬੁੱਕਲ ਤਲੀ ਦੀ ਕੱਪੜੇ ਅੰਦਰ ਆ ਕੇ ਗੋਲੀ ਮਾਰ ਕੇ ਗਿਆ। ਅਤੇ ਇਹੋ ਜਿਹੇ ਮੇਰੇ ਹਾਸੇ ਖਰੜ ਪਹਿਲੇ ਵੀ ਦੋ ਹੋ ਚੁੱਕੇ ਹੈ, ਅਤੇ ਇਸ ਮੁੱਦੇ 'ਤੇ ਅਸੀਂ ਚਾਹੁੰਦੇ ਹਾਂ ਕਿ ਸਿਕਿਉਰਟੀ ਜਿਹੜੀ ਹੈਗੀ ਹੈ, ਕੁਛ ਸਰਕਾਰ ਵੱਲੋਂ ਵੀ ਇਹਦੀ ਪੁਲਿਸ ਦੀ ਸਾਨੂੰ ਪ੍ਰੋਟੈਕਸ਼ਨ ਅਤੇ ਸਕੂਲਾਂ ਦੇ ਆਜੂ ਬਾਜੂ ਹੋਣੀ ਚਾਹੀਦੀ, ਏਰੀਆ ਦੇ ਵੀ ਗਸ਼ਤ ਹੋਣੀ ਚਾਹੀਦੀ, ਔਰ ਕੁਛ ਅਸੀਂ ਸਕੂਲ ਵਾਲਿਆਂ ਨੂੰ ਵੀ ਦਰਖਾਸਤ ਕਰਾਂਗੇ, ਜਿਹੜੀ ਪਾਰਕਿੰਗ ਇੰਨੀ ਵੱਡੀ ਉਹਨਾਂ ਕੋਲ ਜਗ੍ਹਾ ਹੈਗੀ ਹੈ, ਔਰ ਬਾਹਰ ਪਾਰਕਿੰਗ ਹੈ, ਸ਼ਾਇਦ ਹੋ ਸਕਦਾ ਜੇ ਪਾਰਕਿੰਗ ਬਾਹਰ ਨਾ ਹੁੰਦੀ ਅੰਦਰ ਹੁੰਦੀ ਤਾਂ ਕਿਤੇ ਨਾ ਕਿਤੇ ਸ਼ਾਇਦ ਹਾਦਸਾ ਟਾਲਿਆ ਜਾ ਸਕਦਾ ਸੀ। ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਕੱਲ੍ਹ ਉਹਨਾਂ ਵਾਸਤੇ ਵੀ ਦਿੱਕਤ ਹੈ, ਕੱਲ੍ਹ ਉਹਨਾਂ ਦੀ ਵੀ ਕੋਈ ਰੰਜਿਸ਼ ਹੋਵੇ, ਅਤੇ ਇਹੀ ਅਸੀਂ ਚਾਹੁੰਦੇ ਹਾਂ ਕਿ ਸਕੂਲ ਨੂੰ ਵੀ ਇਹੀ ਅਸੀਂ ਦਰਖਾਸਤ ਕਰਾਂਗੇ ਵੀ ਇਹ ਪਾਰਕਿੰਗ ਬੱਚਿਆਂ ਨੂੰ ਸਿੱਧਾ ਅੰਦਰ ਗੱਡੀ ਜਾ ਕੇ ਅੰਦਰ ਡਰਾਪ ਕੀਤਾ ਜਾਵੇ, ਦੂਜੇ ਗੇਟ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਥੋੜ੍ਹਾ ਸਿਕਿਉਰਟੀ ਬੱਚਿਆਂ ਦੀ ਵੀ ਰਹੇ। ਅਤੇ ਇਹ ਮੁੱਦਾ ਕੋਈ ਇੱਥੇ ਖਤਮ ਨਹੀਂ, ਅੱਗੇ ਵਾਸਤੇ ਵੀ ਅਸੀਂ ਦੇਖਣਾ ਹੈ, ਜਿਹੜਾ ਇਹ ਤਾਂ ਹਾਸਾ ਹੋਇਆ ਬਹੁਤ ਹੀ ਦੁੱਖ ਭਰਿਆ ਹੈਗਾ, ਲੇਕਿਨ ਅੱਗੇ ਅਸੀਂ ਦੇਖਣਾ ਹੈ ਕਿ ਇਹ ਹਾਸੇ ਇਹੋ ਜਿਹੇ ਦੁਬਾਰਾ ਨਾ ਹੋਣ। ਸਕੂਲ ਨੂੰ ਇਹੀ ਅਸੀਂ ਦਰਖਾਸਤ ਕਰਨੀ ਹੈ ਕਿ ਜਿਹੜੀ ਹੈ ਕਿ ਪਾਰਕਿੰਗ ਬੱਚਿਆਂ ਨੂੰ ਵੀ ਅੰਦਰ ਜਾ ਕੇ ਡਰਾਪ ਕੀਤਾ ਜਾਵੇ, ਦੂਸਰੇ ਗੇਟ ਰਾਹੀਂ ਬਾਹਰ ਕੱਢਿਆ ਜਾਵੇ, ਆਹ ਜਿਹੜੀ ਬਾਹਰ ਨਜਾਇਜ਼ ਪਾਰਕਿੰਗ ਹੈ ਇਹ ਨਹੀਂ ਹੋਣੀ ਚਾਹੀਦੀ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7009।